ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਜਿਹੜਾ ਅੱਜ ਦੀ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਬਹੁਤ ਐਮ ਵੀਡੀਓ ਹੈ ਬੜੀ ਕਿਸਾਨਾਂ ਨੇ ਮੈਨੂੰ ਉਹ ਵੀਡੀਓ ਵੀ ਭੇਜੀਆਂ ਫੋਟੋਆਂ ਵੀ ਭੇਜੀਆਂ ਤੇ ਫੋਨ ਵੀ ਕੀਤੇ ਵੀ ਬਰਾੜ ਸਾਹਿਬ ਜਿਹੜੇ ਟੀਂਡੇ ਆ ਪਿਛਲੇ ਸਾਲਾਂ ਨੂੰ ਫੇਰ ਗੱਲ ਲਾ ਕੇ ਜਿਹੜਾ ਯੂਨੀਵਰਸਿਟੀ ਨਾਲ ਮੈਂ ਗੱਲ ਕੀਤੀ ਅੱਜ ਯੂਨੀਵਰਸਿਟੀ 'ਚ ਵੀ ਗੱਲ ਕੀਤੀ ਤੇ ਖੇਤੀਬਾੜੀ ਵਿਭਾਗ ਨਾਲ ਵੀ ਕੀਤੀ ਉਹਨਾਂ ਨੂੰ ਮੈਂ ਸਾਰੀਆਂ ਵੀਡੀਓ ਵੀ ਭੇਜੀਆਂ ਉਹਨਾਂ ਨਾਲ ਡਿਸਕਸ ਕਰਕੇ ਸਾਰੇ ਕਿਹਾ ਇਹ ਬਿਮਾਰੀ ਨੂੰ ਕਹਿੰਦੇ ਐ ਟਿੰਡੇ ਗਲਣਾ ਦਾ ਬਾਲ ਰਾਉਟ ਇਹ ਬਾਲ ਰਾਉਟ ਨਾ ਦੀ ਬਿਮਾਰੀ ਜਾਨੀ ਜਾਂਦੀ ਹੈ ਟਿੰਡਿਆਂ ਦੇ ਪਹਿਲਾਂ ਛੋਟੇ ਛੋਟੇ ਧੱਬੇ ਪੈ ਜਾਂਦੇ ਆ ਮੁੜ ਕੇ ਉਹ ਇਕੱਠੇ ਹੋ ਜਾਂਦੇ ਆ ਤੇ ਟਿੰਡਿਆਂ ਦਾ ਟਿੰਡੇ ਦਾ ਰੰਗ ਉਪਰੋਂ ਲਾਲ ਹੋ ਜਾਂਦਾ ਹੈ ਇਹਦੇ ਨਾਲ ਤੁਹਾਨੂੰ ਵੀਡੀਓ ਚ ਫੋਟੋਆਂ ਵੀ ਅਸੀਂ ਦਿਖਾਵਾਂਗੇ ਤੇ ਹੌਲੀ ਹੌਲੀ ਜਦੋਂ ਟਿੰਡਾ ਲਾਲ ਦਾ ਅੰਦਰੋਂ ਟਿੰਡਾ ਉੱਥੋਂ ਇੱਕ ਉਲੀ ਲੱਗ ਜਾਂਦੀ ਹੈ ਫਿਓਜੀ ਜੀਰੀਅਮ ਮੋਨੀਲੀਫੋਰਮ ਨਾ ਦੀ ਉਲੀ ਇੱਕ ਉਹਦੇ ਨਾਲ ਉਥੋਂ ਟਿੰਡਾ ਗਲ ਜਾਂਦਾ ਤੇ ਅੰਦਰੋਂ ਟਿੰਡਾ ਖੜਦਾ ਹੀ ਨਹੀਂ ਲਾਸਟ ইয়ার সুন্ডি ਨਾ ਦਾ ਗਲਾਪੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਸੀ ਜਿੱਥੇ ਨਰਮੇ ਪਾਰੇ ਸੀ ਤੇ بارشਾਂ ਜ਼ਿਆਦਾ ਪਈਆਂ ਸੀ ਉਸ ਸਾਥੇ ਜਿਹੜੀ ਇਹ ਬਿਮਾਰੀ ਨੇ ਵੀ ਬਾਲ ਰੋਡ ਨੇ ਬਹੁਤ ਵੱਡਾ ਨੁਕਸਾਨ ਕੀਤਾ ਈ ਕਿਸਾਨਾਂ ਦੇ ਜਾਂਦੇ ਫੀਲਡ ਚ ਇੱਥੇ ਵੀ ਕਹਿੰਦੇ ਬ੍ਰਾਹਣ ਸਾਹਿਬ সুন্ডি ਨੋ ਬਾਲਾ ਸਾਡਾ ਢੀਂਡੇ ਗੱਲ ਦਾ ਨੁਕਸਾਨ ਹੋਇਆ ਇਸ ਸਾਲ ਵੀ ਕਿਸਾਨ ਵੀ ਪਿਛਲੇ 15 ਦਿਨ ਹੋ ਗਏ ਖਾਸ ਕਰਕੇ ਹਰੇੜਾ ਰਾਸਤਾਂ ਤੇ ਨਰਮੇ ਵਾਲੀ ਏਰੀਏ ਚ ਬਹੁਤ ਜ਼ਿਆਦਾ بارش ਹੋ ਰਹੀ ਹੈ ਜਿੱਥੇ ਕਿਸਾਨ ਇਹ ਕਹਿਣ ਲੱਗੇ ਪ੍ਰਮਾਤਮਾ ਹੁਣ ਤਾਂ ਮੀਂਹ ਨੂੰ ਰੋਕ ਲਾ ਤੇ ਜਿੰਨੇ ਨਰਮੇ ਭਾਰੇ ਤੇ ਜੰਮੇ ਆ ਉਹ ਜਿੱਥੇ ਸੂਰਜ ਦੀਆਂ ਕਿਰਨਾਂ ਘੱਟ ਪੈਂਦੀਆਂ ਹਵਾ ਘੱਟ ਪੈਂਦੀ ਉਹਨਾਂ ਦੇ ਨਰਮਿਆਂ 'ਚ ਪੀਲੇ ਸੱਲ ਬਿਮਾਰੀ ਵੱਦੀ ਸੋ ਉਹਨਾਂ ਖੇਤਾਂ 'ਚ ਹੀ ਸੱਲ ਬਿਮਾਰੀ ਆਉਂਦੀ ਹੈ ਕਿਸਾਨ ਦਾ ਕੋਈ ਫੋੜ ਨਹੀਂ ਪੈਂਦਾ ਜੇ ਨਰਮਾ ਬਿਰਲਾ ਰੱਖਦਾ ਹੈ ਜਿਹੜੇ ਨਰਮੇ ਵਿਰਲੇ ਸੀ ਬਾਲੇ ਉਹ ਇੱਕ ਤੀ ਜਦੋਂ ਜ਼ਿਆਦਾ ਬਰਸਾਤ ਪਈ ਤੇ ਥੋੜਾ ਜਿਹਾ ਝਿਗੜਾ ਆਇਆ ਤੇ ਉਹਦੇ ਨਾਲ ਬੂਟੇ ਟੇਡੇ ਹੋ ਗਏ ਏੜਲੇ ਟਿੰਡੇ ਜਮੀਨ ਤੇ ਲਾ ਕੇ ਗਲ ਗੇ ਤੇ ਜੇ ਸੰਗੜੇ ਐ ਤੋ ਆ ਬਲ ਰੌਟ ਬਿਮਾਰੀ ਨਾਲ ਗਲਦੇ ਐ ਪਰ ਫੇਰ ਵੀ ਕਿਸਾਨ ਵੀਰੋ ਹਿੱਲੇ ਦਾ ਵਸੀਲਾ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਜੋ ਮਾਰਾਂ ਦੇ ਅੱਖੇ ਲਾ ਕੇ ਉਹਨਾਂ ਨੇ ਸਾਨੂੰ ਇਹ ਬਿਮਾਰੀ ਆਸਤੇ ਅਦਨ ਬਿਮਾਰੀ ਤੋਂ ਨਾਜ ਯੂਨੀਵਰਸਿਟੀ ਦੀ ਬੋਕਾ ਜਿਹੜੀ ਉਹਨਾਂ ਨੇ ਇੱਕ ਦੀ ਸ਼ਿਫਾਰਿਸ਼ ਕੀਤੀ ਸੀ ਤੇ ਆ ਬਿਮਾਰੀ ਐ ਜਿਹੜੀ ਇਸ ਤਰੀਕੇ ਨਾਲ ਉਹਨਾਂ ਨੇ ਆਖਿਆ ਵੀ ਟੀਂਡੇ ਗਲ ਜਾਂਦੇ ਐ ਆ ਦੋਨਿਆਂ ਆ ਟੀਂਡੇ ਗਲਨ ਦੇ ਬਲ ਰੌਟ ਬਿਮਾਰੀ ਦਾ ਨਾਮ ਐ ਇਹਦਾ ਇਹਦੇ ਆਸਤੇ ਸਾਨੂੰ ਟੈਕਨੀਕਲ ਸਾਡੀ ਜਿਹੜੀ ਵਧੀਆ ਪ੍ਰੋਡਕਟ ਆਉਂਦਾ ਹੈ ਰਾਮਾ ਸਟੋਰ ਦੇ ਨਾਂ ਤੇ ਉਹਦੇ ਚ ਜੈਕਸੀ ਸਟੋਰਬੈਂਟ ਪਲੱਸ ਡਾਈਫੈਕੋਨੋਜ਼ੋਲ ਹੈ ਤੇ ਇਹਦੇ ਨਾਲ ਇੱਕ ਪੁੜੀ ਸਟੈਪਟੋਸਾਈਕਲਿਨ ਦੀ ਜਿਹੜੀ ਵਧੀਆ ਚੰਗੀ ਕੰਪਨੀ ਦੀ ਹੈ 6 ਗ੍ਰਾਮ ਸਟੈਪਟੋਸਾਈਕਲਿਨ ਤੇ 200 ਐਮਐਲ ਸਾਡੀ ਰਾਮਾ ਸਟੋਰ ਹੈ 200 ਲੀਟਰ ਪਾਣੀ ਪਾ ਕੇ ਸਪਰੇਅ ਕਰੋ ਇਹ ਕਿਸੇ ਵੀ ਕੀੜੇ ਮਾਰ ਦਵਾਈਆਂ ਦੇ ਵਿੱਚ ਮਲਾਈ ਜਾ ਸਕਦੀ ਹੈ ਜੇ ਤੁਸੀਂ ਕੋਈ ਕੀੜੇ ਮਾਰ ਦਵਾਈ ਚਿੱਟੇ ਮੱਛਰ ਵਾਲੀ ਗਲੰਬੀ ਸੁੰਡੀ ਵਾਲੀ ਦਵਾਈ ਕਰਤੀ ਹੈ ਉਦੋਂ ਦਵਾਈ ਇਮੀਡੀਏਟਲੀ ਕਰਨੀ ਜੋ 30.45 ਜਾਂ ਕੋਈ ਹੋਰ ਕਿਸੇ ਸਪਰੇ ਕਰ ਸਕਦੇ ਉਹਦੇ ਵਿੱਚ ਮਿਲਾ ਕੇ ਤੁਸੀਂ ਇਹਨੂੰ ਕਰ ਸਕਦੇ ਆ ਕਿਸਾਨ ਵੀਰੋ ਇਹ ਦਵਾਈ ਵੀ ਕਰਨੀ ਰਾਮਸਟੋਰ ਓਨੀ ਜ਼ਰੂਰੀ ਹੋ ਗਈ ਹੈ ਇਹ ਜਿਹੇ ਹਲਾਤਾਂ ਮੁਤਾਬਕ ਜਿੰਨੀ ਤੁਹਾਨੂੰ ਗਲਾਬੀ ਸੁੰਡੀ ਤੋਂ ਤੇ ਵਾਈਟ ਫ्लाई ਤੋਂ ਬਾਕੀ ਦਵਾਈਆਂ ਕਰਨੀਆਂ ਜ਼ਰੂਰੀ ਸਮਝੀਆਂ ਤੁਸੀਂ ਅੱਜ ਹੀ ਮੈਂ ਗੱਲ ਕੀਤੀ ਸੀ ਇਹ ਬਿਮਾਰੀ ਸਾਰੇ ਕਿਸਾਨਾਂ ਨੂੰ ਆਪਦੇ ਖੇਤ ਤੇ ਧਿਆਨ ਰੱਖਣਾ ਚਾਹੀਦਾ ਹੈ ਪਹਿਲੇ ਸਾਲ ਵੀ ਟਿੰਡਿਆਂ ਨੇ ਸੁੰਡੀ ਜਿਹਨਾਂ ਨੂੰ ਨੁਕਸਾਨਾ ਉਸ ਤੋਂ ਵਾਲਾ ਟਿੰਡੇ ਗਲ ਕੇ ਨੁਕਸਾਨ ਹੋ ਗਿਆ ਸੀ ਤੇ ਰਾਮ ਸਟੋਰ ਦੇ ਨਾਂ ਤੇ ਮਾਡਰਨ ਕ੍ਰੌਪ ਕੇਅਰ ਕੈਮੀਕਲ ਦੀ ਪ੍ਰੋਡਕਟ ਹੁੰਦਾ ਹੈ ਅਸੀਂ ਪਹਿਲਾਂ ਵੀ ਵੀਡੀਓ ਪਾ ਕੇ ਤੇ ਅੱਜ ਚਾਰ ਦਿਨ ਅੱਜ ਵੀ ਇਸੇ ਕਰਕੇ ਕਿਸਾਨਾਂ ਨੂੰ ਜਾਗਰੂਤ ਕਰਦੇ ਆਂ ਕਿਸਾਨ ਵੀਰੋ ਹੋਰ ਕਿਸੇ ਦਵਾਈ ਨੇ ਇੱਥੇ ਕੱਲੀ ਸਿੰਗਲ ਨੇ ਕੰਮ ਨਹੀਂ ਕਰਨਾ ਜਿਵੇਂ ਜੋਕਸੀ ਸਟਾਰਨ ਤੇ ਟਾਈਫਿਕ ਉਹਨਾਂ ਜੋ ਪ੍ਰੋਡਕਟ ਆ ਇਸੇ ਨੇ ਇਹਦੇ ਤੇ ਕੰਮ ਕਰਨਾ ਯੂਨੀਵਰਸਿਟੀ ਵੱਲੋਂ ਇਹ ਹੀ ਸਿਫਾਰਿਸ਼ ਹੈ ਸਾਨੂੰ ਮਾਰਾਂ ਦੇ ਅੱਖੇ ਲੱਗਣਾ ਚਾਹੀਦਾ ਇਹ ਟਿੰਡੇ ਗੱਲਣ ਦਾ ਰੋਗ ਵੀ ਕਹਿੰਦੇ ਆ ਕਿਸਾਨ ਨੂੰ ਟਿੰਡੇ ਲਾਲ ਹੋ ਕੇ ਗੱਲਣ ਦਾ ਵੀ ਕਹਿੰਦੇ ਆ ਯੂਨੀਵਰਸਿਟੀ ਬੋਰਡ ਰੋਡ ਨਾਂ ਤੇ ਵੀ ਕਹਿੰਦੀ ਹੈ ਇਹ ਰਮ ਸਟਾਰ ਪਲਸ ਸਟੈਪਟੋਸਾਈਕਲਿਨ 6 ਗ੍ਰਾਮ 200 ਲੀਟਰ ਪਾਣੀ ਚ ਪਾ ਕੇ ਸਪਰੇਅ ਕਰੋ ਬਾਕੀ ਜਿਹੜੀ ਹੋਰ ਜਾਣਕਾਰੀ ਐ ਇਸ ਨੂੰ ਅਗਲੇ ਵੀਡੀਓ ਦੇਵਾਂਗੇ ਅੱਜ ਦਾ ਐਮ ਸਿਜਨਸੀ ਵੀ ਬਾਰਸ਼ ਜਿਆਦਾ ਹੋਈ ਐ ਹਟਣ ਦਾ ਨਾ ਨਹੀਂ ਲੈਂਦੀ ਤੇ ਟਿੰਡੇ ਗੱਲ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਿਸਾਨ ਵੀਰੋ ਸਾਨੂੰ ਐਮ ਇਜ਼ਰਡ ਸੀਜ ਦੋ ਸਪਰੇਅ ਯੂਨੀਵਰਸਿਟੀ ਵਿਚ ਫਾਰਚ ਕੀਤੀਆਂ ਦੂਸਰੀ ਸਪਰੇਅ ਤੁਸੀਂ ਕਾਪਰ ਹੱਟ ਸਾਈਡ ਦੀ ਵੀ ਕਰ ਸਕਦੇ ਆ ਜੇ ਕੋਪਰ થી ਕਾਪਰ ਤੋਂ ਨਹੀਂ ਮਿਲਦਾ ਫਿਰ ਤੁਹਾਾਰੇ ਵੀ ਇਹਦੀ ਸਪਰੇਅ ਕਰ ਸਕਦੇ ਹੋ ਜੋ ਕਾਪਰ ਮਿਲਦਾ ਦਾ ਅਗਲੀ ਦੀ ਕਾਪਰ ਨਹੀਂ ਕਰ ਸਕਦੇ ਧੰਨਵਾਦ